ਇੱਥੇ ਮੀਂਹ ਆਉਣ ਡਿਆ ਤੂੰ ਕੁੱਤੇ ਨੂੰ ਵੀ ਖੋਲ ਲਿਆ ਪਹਿਲਾਂ ਹੀ ਆ ਨਾ ਮੰਜੀ ਖੜੀ ਕਰ ਦਿਆ ਕਰ ਨਹੀਂ ਤੇ ਉੱਤੇ ਕੁੱਤਾ ਬਹਿ ਜਾਂਦਾ ਫਿਰ ਹੁਣ ਮਿੱਟੀ 'ਚ ਰੱਖੇਗਾ ਇਹਨੂੰ ਕੁਰਸੀ ਨੂੰ ਫਿਰ ਅੰਦਰ ਲੈ ਕੇ ਜਾਏਗਾ ਇਹਨੂੰ ਮੀਂਹ ਮੂੰਹ ਕਿੱਥੇ ਆਉਣਾ ਆ ਐਵੇਂ ਹੀ ਬੱਦਲ ਇੰਨਾ ਹੁੰਦਾ ਆ ਤੇ ਹਵਾ ਦੇ ਨਾਲ ਉੱਡ ਜਾਂਦਾ ਬਹੁਤ ਬੁਰਾ ਹਾਲ ਆ ਇੱਧਰ ਲੋਕਾਂ ਦੇ ਧਾਨ ਸਾਰੇ ਖਰਾਬ ਹੋ ਗਏ ਇੰਜਣਾਂ ਨਾਲ ਲੋਕੀ ਪਾਲਣ ਡਏ ਤੇ ਮੀਂਹ ਬਿਲਕੁਲ ਨਹੀਂ ਪੈਂਦਾ ਬਸ ਹਲਕੀ ਜਿਹੀ ਬੂੰਦਾਬਾਂਦੀ ਹੁੰਦੀ ਹੈ ਜਿੱਦਾਂ ਕਿਤੇ ਸਿਆਲ ਦੇ ਵਿੱਚ ਨਾ ਧੁੰਦ ਵਰਦੀ ਹੁੰਦੀ ਉੱਦਾਂ ਦਾ ਮੀਂਹ ਪੈ ਕੇ ਹਟ ਜਾਂਦਾ ਤੇ ਹੁਣ ਵੀ ਵੇਖੋ ਬੱਦਲ ਕਿੰਨੇ ਹੋਏ ਹਨੇਰੀ ਨਾਲ ਹੀ ਚੱਲ ਪਈ ਆ ਤੇ ਲੱਗਦਾ ਇਹਨੇ ਬੱਦਲ ਉਡਾ ਕੇ ਲੈ ਜਾਣੇ ਆ ਥੋੜ੍ਹੀ ਥੋੜ੍ਹੀ ਵੇਖੋ ਕਣੀਆਂ ਪੈਣ ਡਈਆਂ ਆ ਤੇ ਕਿਸਾਨ ਵਿਚਾਰੇ ਬਹੁਤ ਜ਼ਿਆਦਾ ਪਰੇਸ਼ਾਨ ਆ ਡੀਜ਼ਲ ਇੰਨਾ ਮਹਿੰਗਾ ਹੋ ਗਿਆ ਧਾਨ ਕਿੱਦਾਂ ਪਾਲਣ ਮੀਂਹ ਪੈਣ ਨਹੀਂ ਡਿਆ ਲੈਟ ਵੀ ਤੁਹਾਨੂੰ ਪਤਾ ਹੀ ਯੂਪੀ ਦੀ ਕਿੱਦਾਂ ਦੀ ਆਉਂਦੀ ਆ ਕਦੀ ਆ ਜਾਂਦੀ ਸਹੀ ਕਦੀ ਨਹੀਂ ਤੇ ਅਸੀਂ ਤਾਂ ਸਭ ਸਮਾਨ ਚੁੱਕ ਕੇ ਹਵਲੀ ਰੱਖ ਦਿੰਦੇ ਹੁੰਦੇ ਹਾਂ ਕਿ ਮੀਂਹ ਆਉਣ ਡਿਆ ਆ ਪਰ ਮੀਂਹ ਆਉਂਦਾ ਨਹੀਂ ਹੁੰਦਾ ਤੇ ਅੱਜ ਮੈਂ ਕਿਹਾ ਸਮਾਨ ਨਾ ਚੁੱਕੀ ਤੈਨੂੰ ਤੇ ਮੀਂਹ ਆ ਜਾਵੇ ਤੇ ਚੰਗਾ ਵਧੀਆ ਮੀਂਹ ਆ ਜਾਵੇ ਨਾਲੇ ਹਨੇਰੀ ਵੀ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਨਾਲੇ ਬੱਦਲ ਉਡਾ ਕੇ ਲੈ ਜਾਂਦੀ ਮੀਂਹ ਬਿਲਕੁਲ ਵੀ ਨਹੀਂ ਆਉਂਦਾ ਤੇ ਵੇਖੋ ਅੱਜ ਮੀਂਹ ਪੈਂਦਾ ਕਿ ਨਹੀਂ ਪੈਂਦਾ ਆ ਵੇਖ ਸਕਦੇ ਤੁਸੀਂ ਪੇੜ ਪੂੜ ਕਿੱਦਾਂ ਜੋਰ ਜੋਰ ਦੀ ਹਵਾ ਆਉਣ ਡਈ ਆ ਕੁੱਤੇ ਨੂੰ ਕਿੱਥੇ ਲੈ ਆਏ ਹਾਂ ਤੂੰ ਖੋਲ ਕੇ ਨਹੀਂ ਸੰਗਲੀ ਬੰਨ ਵੈਸੇ ਮੌਸਮ ਅੱਜ ਦਾ ਬਹੁਤ ਵਧੀਆ ਹੋ ਗਿਆ ਐਨ ਠੰਡਾ ਠੰਡਾ ਮੌਸਮ ਤੇ ਵਧੀਆ ਇੰਨੀ ਜ਼ਿਆਦਾ ਗਰਮੀ ਪੈਣ ਡਈ ਕਿ ਥੋੜ੍ਹੀ ਤਾਂ ਗਰਮੀ ਤੋਂ ਰਾਹਤ ਤੋਂ ਮਿਲੂਗੀ ਆ ਬਾਪੂ ਵੀ ਪਾਣੀ ਲਾ ਲਾ ਕੇ ਥੱਕ ਚੱਲਿਆ ਸਾਰਾ ਦਿਨ ਇੰਜਣ ਦਾ ਢੋਈਆ ਢਵਾਈਆ ਵਿਚਾਰਾ ਡੀਜ਼ਲ ਪਾ ਪਾ ਥੱਕ ਚੱਲਿਆ ਇਹਨੇ ਵੀ ਉੱਧਰ 2 ਏਕੜ ਧਾਨ ਲਾਏ ਆ ਉਹਨਾਂ ਦੇ ਧਾਨ ਨਹੀਂ ਨਿਕਲਦਾ ਯੂਪੀ ਵੱਲ ਜਿੰਨਾ ਖਰਚਾ ਆ ਜਾਂਦਾ ਕਿਉਂਕਿ ਡੀਜ਼ਲ ਬੜਾ ਮਹਿੰਗਾ ਇੱਥੇ ਜਿਹੜੇ ਮਤਲਬ ਪਿੰਡਾਂ ਵਿੱਚ ਆਮ ਬਈਏ ਉਹਨਾਂ ਕੋਲ ਤਾਂ ਥੋੜ੍ਹੀ ਬਹੁਤੀ ਜੋ ਵੀ ਖੇਤੀ ਕਿਸਾਨੀ ਆ ਅਤੇ ਉਹਨਾਂ ਦੇ ਕੋਲ ਮੋਟਰਾਂ ਦੀ ਕੋਈ ਵਿਵਸਥਾ ਨਹੀਂ ਜਿਹੜੇ ਆਪਣੇ ਕੋਈ ਸਰਦਾਰ ਜਾਂ ਵੱਡੇ ਫਾਰਮਿੰਗ ਆ ਫਾਰਮਰ ਵਾਲੇ ਉਹਨਾਂ ਦੇ ਕੋਲ ਮੋਟਰਾਂ ਦੀ ਮਤਲਬ ਵਿਵਸਥਾ ਉਹ ਆਪਣੇ ਮਤਲਬ ਮੋਟਰਾਂ ਨਾਲ ਧਾਨ ਪਾਲ ਲੈਂਦੇ ਜਿੰਨਾ ਕੁ ਅੱਧਾ ਅੱਧਾ ਏਕੜ ਫਸਲ ਆ ਯਾਨੀ ਖੇਤ ਆ ਉਹ ਆਪਣੇ ਧਾਨ ਡੀਜ਼ਲ ਨਾਲ ਇੰਜਣਾਂ ਨਾਲ ਹੀ ਪਾਲਦੇ ਆ ਅਤੇ ਬੜੀ ਮੁਸ਼ਕਿਲ ਹੋ ਜਾਂਦੀ ਪਿਛਲੇ ਸਾਲ ਵੀ ਮੀਂਹ ਨਹੀਂ ਪਿਆ ਬਿਲਕੁਲ ਅਤੇ ਐਲਗੀ ਵੇਖੋ ਐਲਗੀ ਵੀ ਬਹੁਤ ਘੱਟ ਮੀਂਹ ਪੈ ਪਿਆ ਕਾਫੀ ਟਾਈਮ ਹੋ ਗਿਆ ਆ ਜਦੋਂ ਧਾਨ ਲੱਗੇ ਸੀ ਨਾ ਉਦੋਂ ਕੁ ਪਿਆ ਸੀ ਮੀਂਹ ਲੋਕਾਂ ਨੇ ਫਟਾਫਟ ਧਾਨ ਸ਼ੁਰੂ ਕਰਦੇ ਹੁਣ 1-2 ਸਵਾ ਮਹੀਨਾ ਹੋ ਚੱਲਿਆ ਅੱਜ ਤੱਕ ਮੀਂਹ ਬਿਲਕੁਲ ਨਹੀਂ ਪਿਆ ਆ ਵੇਖ ਸਕਦੇ ਤੁਸੀਂ ਰੋਡ ਸਾਡੇ ਤੁਹਾਨੂੰ ਮੈਂ ਕਈ ਵਾਰ ਦਿਖਾਇਆ ਆਪਣੀ ਵੀਡੀਓਜ਼ 'ਤੇ ਸਾਡਾ ਰੋਡ ਬਿਲਕੁਲ ਘਰ ਦੇ ਨਾਲ ਹੀ ਆ ਸਾਡਾ ਕੁੱਤਾ ਉਹ ਭੱਜ ਗਿਆ ਕਿਨਾਰੇ ਆ ਵੇਖੋ ਅਤੇ ਮੌਸਮ ਬੜਾ ਵਧੀਆ ਹੋਇਆ ਜੀ ਅੱਜ ਪਰ ਮੀਂਹ ਸਾਰਾ ਟਾਲੀ ਗਿਆ ਥੋੜ੍ਹੀ ਬਹੁਤੀ ਕਣੀ ਮਣੀ ਜੋ ਵੀ ਪਈ ਪੈ ਪੂ ਕੇ ਹੱਟ ਗਈ ਆ ਅਤੇ ਮੀਂਹ ਸਾਰਾ ਲੈ ਗਿਆ ਹਵਾ ਉਡਾ ਕੇ ਕਿਸੇ ਬੰਨੇ ਬੱਦਲ ਹੀ ਨਹੀਂ ਦੇਖਦਾ ਵੇਖੋ ਮਾੜੀ ਮੋਟੀ ਹੋਰ ਜੀ ਪੈ ਪੂ ਕੇ ਹੱਟ ਗਈ ਆ ਨਾਲੇ ਤੁਹਾਨੂੰ ਤਾਂ ਸ਼ਰਟ 'ਤੇ ਵੀ 2-3 ਛਿੱਟਾਂ ਪਈਆਂ ਬਸ ਇੰਨਾ ਕਿ ਮੀਂਹ ਪਿਆ ਇਹ ਤੋਂ ਜ਼ਿਆਦਾ ਮੀਂਹ ਨਹੀਂ ਪਿਆ ਗਰਮੀ ਘੱਟ ਆ ਕਿ ਤੇਜ਼ ਜ਼ਿਆਦਾ ਆ ਹੁਣ ਮੌਸਮ ਸਹੀ ਆ ਗਰਮੀ ਘੱਟ ਲੱਗੀ ਹੁਣ ਮੀਂਹ ਪੈਣ ਹੀ ਨਹੀਂ ਡਿਆ ਬਿਲਕੁਲ ਵੀ ਮੀਂਹ ਪਵੇ ਤਾਂ ਥੋੜ੍ਹਾ ਜਿਹਾ ਸਹੀ ਹੋ ਅੱਗੇ ਨਾ ਬੜੇ ਝਾੜ ਲੱਗਦੇ ਹੁੰਦੇ 15-15 ਦਿਨ ਮੀਂਹ ਪੈਣਾ ਤੇ ਹੁਣ ਉਹਦੇ ਤੇ ਝਾੜ ਹੀ ਨਹੀਂ ਲੱਗਦੇ ਬਿਲਕੁਲ ਵੀ ਬਸ ਮਾੜੇ ਮੋਟੇ ਛਿੱਟਾਂ ਦੀਆਂ ਪੈ ਕੇ ਹਟ ਜਾਂਦੀਆਂ ਨੇ ਤੇ ਲੋਕਾਂ ਨੇ ਕਹਿਣਾ ਇੰਨੇ ਝਾੜ ਲੱਗ ਗਏ ਲੈਂਟਰ 'ਚ ਆਉਣ ਲੱਗ ਗਿਆ ਹੁਣ ਉੱਦਾਂ ਦੀ ਫੀਲਿੰਗ ਹੀ ਨਹੀਂ ਆਉਂਦੀ ਹਨੇਰੀਆਂ ਹਨੇਰੀਆਂ ਆ ਜਾਂਦੀਆਂ ਜੇ ਕਿਤੇ ਮੀਂਹ ਆਉਣ ਵੀ ਲੱਗਦਾ ਵਾ ਤੇ ਹਨੇਰੀ ਉਡਾ ਕੇ ਲੈ ਜਾਂਦੀ ਆ ਆ ਵੇਖੋ ਤੇੜਾ ਕਿੱਦਾਂ ਪਾਟੀਆਂ ਪਈਆਂ ਧਾਨਾਂ ਵਿੱਚ ਤੇ ਮੀਂਹ ਪਵੇ ਤੇ ਫਿਰ ਵਧੀਆ ਧਾਨ ਹੋ ਜਾਂਦੇ ਇੱਕ ਵਾਰੀ ਕਿਉਂਕਿ ਮੋਟਰਾਂ ਦੇ ਪਾਣੀ ਨਾਲ ਇੰਜਣਾਂ ਦੇ ਪਾਣੀ ਨਾਲ ਉਹ ਗੱਲ ਨਹੀਂ ਬਣਦੀ ਜੋ ਮੀਂਹ ਦੇ ਪਾਣੀ ਨਾਲ ਗੱਲ ਬਣਦੀ ਆ ਤੇ ਇੱਧਰ ਵੇਖੋ ਸਾਡਾ ਜੈਕੀ ਡੁੱਬਣ ਡਿਆ ਉੱਧਰ ਸੰਗਲੀ ਵੀ ਲੈ ਗਿਆ ਤੈਨੂੰ ਮੈਂ ਕਿਹਾ ਸੀ ਨਾ ਸੰਗਲੇ ਦਾ ਖੋਲ ਦਿਆ ਕਰ ਤੂੰ ਜਿਹੜਾ ਨਹੀਂ ਆਖੇ ਲੱਗਦਾ ਆਹੋ ਕੁੱਤੇ ਨੂੰ ਨਾ ਸੰਗਲੀ ਨਾ ਖੋਲਿਆ ਅਗਰ ਪਤਾ ਸੰਗਲ ਲਬੇੜ ਲੈਂਦਾ ਫਿਰ ਉਹਨਾਂ ਹੱਥਾਂ ਨਾਲ ਬੰਨਣੇ ਹੁੰਦੇ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦਾ ਇਹ ਘੁੰਮਦਾ ਹਾਂ ਉਹੀ ਤੇ ਤੈਨੂੰ ਮੈਂ ਕਹਿੰਦੀ ਹੁੰਦੀ ਗਲ 'ਚੋਂ ਸੰਗਲ ਲਾ ਕੇ ਫਿਰ ਇਹਨੂੰ ਖੋਲਿਆ ਕਰ ਇਹਨੇ ਕਿਤੇ ਚੈਨ ਲੈਣਾ ਮਰ ਜਾਣੇ ਨੇ ਇਹਨੇ ਤਾਂ ਪੂਰੀਆਂ ਪੈਲੀਆਂ ਗਾਂਹ ਮਾਰਨੀਆਂ ਵੇਖੋ ਜੀ ਕਿੱਦਾਂ ਦਾ ਲੱਗਣਾ ਤੁਹਾਨੂੰ ਵਿਊ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹਰਾ ਭਰਾ ਧਾਨ ਆ ਵੇਖੋ ਅੱਜ ਸੀ ਪੌਦ ਵਾਲਾ ਥੋੜ੍ਹਾ ਜਿਹਾ ਜਗ੍ਹਾ ਇਹਦੇ ਵਿੱਚ ਇਹਨਾਂ ਨੇ ਬਾਅਦ 'ਚ ਧਾਨ ਲਾਏ ਆ ਅਤੇ ਆਪਣੇ ਤਾਂ ਇੱਦਾਂ ਹੀ ਆ ਤੁਹਾਨੂੰ ਮੈਂ ਕਈ ਵਾਰ ਵੀਡੀਓ 'ਚ ਦਿਖਾਇਆ ਜਿਹੜੇ ਆ 2 ਕਨਾਲਾ ਧਾਨ ਇਹਦੇ 'ਚ ਆਪਣੇ ਧਾਨ ਲੱਗੇ ਆ ਬਾਕੀ ਇਸ ਤੋਂ ਇਲਾਵਾ ਆਪਣੇ ਧਾਨ ਨਹੀਂ ਹੈਗੇ ਅਤੇ ਵੇਖੋ ਜੀ ਲੱਗਦਾ ਸੀ ਕਿ ਬੜਾ ਮੀਂਹ ਪੈਣਾ ਬੱਦਲ ਤਾਂ ਵੇਖੋ ਬੜੇ ਹੁੰਦੇ ਆ ਪਰ ਹਨੇਰੀ ਤਾਂ ਸਾਰੇ ਉਡਾ ਗਿਆ ਅਤੇ ਬਸ ਇੱਦਾਂ ਹੀ ਬੱਦਲ ਆਉਂਦੇ ਆ ਨਾਲੇ ਹਵਾ ਆ ਜਾਂਦੀ ਆ ਬੱਦਲ ਉੱਡ ਜਾਂਦੇ ਮੀਂਹ ਪੈਂਦਾ ਨਹੀਂਗਾ ਅਤੇ
किसान बेचारे बड़े परेशान है, की किया जाए फसलों का। अजकल भी काम ना बड़ा औखा ही आ, मिट्टी ना मिट्टी होंगे किसान, पर वो गल नहीं है। पहले लोग फसल वधिया कढ़ते होंगे सी, खादा के दवाइया के खर्चे घट आते होंगे सी, हुण दवाइया खादा के खर्चे ज़्यादा वा, तो फसल भी उस हिसाब ना ही निकलती है। कुछ ऐर की लोगों की कोरोना ने मत मार ली, तो बड़ा ऐर की जोड़ा साल है ना 2020 बहुत ज़्यादा लोगों के भारी। एक तो टिड्डिया आई हुई, टिड्डिया ने लोगों की फसल बड़ी खराब की आ। तुम्हें भी सुनिया होने कि टिड्डिया जड़िया आदियां ना पूरी पूरी फसल ही तबाह कर देंदियां वा। तो मैं वीडियो पाई हुई है टिड्डिया के उत्ते, तो तुम वीडियो जरूर वेखियो। टिड्डिया उड़ाने वास्ते ना एक मशीन भी तैयार की ट्रैक्टर के पिछे बन के, वो खुराक जहा कर दी है, तो टिड्डिया उड़दियाँ आ। तो लो जी लगन तो डेया, नाल नाल कणिया जी थोड़ी थोड़ी पैन। तो एक करोना ने मार लिया, दूजा टिड्डिया आ गई, तो बस काम कार लोगों के जिन्होंने करके खाना उन्होंने तो बिल्कुल ठप ही हो गए उचारे। तो चलो किसानों वास्ते तो चलो ये है कि उन्होंने फसल वाड़ी तो विक जाती है, पर जिन्होंने रोज़ का काम करके दिहाड़ी मजदूरी करके खाना उन्होंने वास्ते बहुत औखा हो गया। बस रब गढ़ यही अरदास करे दी महाराज करोना की बीमारी छेती तो छेती ठीक कर, हटा दे इनू ठीक ही कर, मतलब एक ही गल होगी दुनिया तो इनू खत्म कर दे, तो लोग अपने कामों कार लगन, तो अपने जो भी अपने काम धंधे होंगे वह कर, अपने बच्चों पालन जो भी। वेखो जी हुण थोड़ा थोड़ा शराटा जहा आ गया तेज़, मीह काफ़ी मोटा वेखो इदा का पैन दिया, जे पैन लग जाए तो मैं तो कहनी महाराज बड़ा मीह आवे, दो तीन दिन झड़िया लग जा। तो चलो जी फिर तुम वीडियो करो इंजॉय, तो लाइक करके शेयर करके चैनल सबसक्राइब करना बिल्कुल भी ना भुल्यो। तो तुम थोड़ा जहा ही नज़ारा दिखाने मीह आ, हाँ वेखो इतने ही तूत के थले खड़े हैं, तो इतने तो थोड़ा सुक्का, तो इधर वेखो पैन लग गया थोड़ा थोड़ा।